ਨਿਊਜ਼ 24/7 ਦੇਖਣ ਵਾਲੇ ਸਾਰੇ ਦਰਸ਼ਕ ਕਿ ਉਤੀਨ ਸ਼ਰਮਾ ਅਤੇ ਅਭੈ ਭਿਨਾਥੀ ਤਰਫੋਂ ਹੱਥ ਜੁੜੀ ਰਾਮ ਰਾਮ। ਮੈਨੂੰ ਇਹ ਲੱਗਦਾ ਇਹ ਜਿਹੜੇ ਚੋਰ ਆ ਨਾ, ਇਹਨੇ ਕਿ ਬਿਲਕੁਲ ਵੀ ਊਂ ਤਾਂ ਭਲਿਆਂ ਡਰ ਨਹੀਂ ਰਿਹਾ ਪੁਲਿਸ ਦਾ, ਕਿਉਂਕਿ ਚੋਰੀਆਂ ਕਰਨਾ ਸ਼ੁਰੂ ਕਰੀਤੀ ਹੈ। ਪਟੇਲ ਨਗਰ ਐਡੀ ਵੱਡੀ ਲੱਖੇ ਦੀ ਚੋਰੀ ਹੋਈ, 50 ਤੋਲੇ ਸੋਨਾ ਊਂ ਇਹ ਪਟੇਲ ਨਗਰ ਦੇ ਲਾਗੇ, ਮਤਲਬ ਪਿੱਛੇ ਵਾਲੇ ਰਸਤਾ ਹੀ ਕਾਲੀਵੜੀ, ਉੱਧਰ ਹੀ ਜਿਹੜਾ ਨਾ ਇੱਕ ਮਾਇੰਡ ਕੇਅਰ ਕਲੀਨਿਕ ਹੈ, ਉੱਥੇ ਜਿਹੜਾ ਨਾ ਚੋਰੇ ਚੋਰੀ ਕੀਤੀ ਹੈ, ਅਤੇ ਪਿੱਛੋਂ ਦੀਵਾਰ ਪਿਛਲੇ ਰਸਤੇ ਹੋਇਆ ਦੀਵਾਰ ਤੋੜੀ, ਅਤੇ ਅੰਦਰ ਜਿਹੜਾ ਹੈ ਨਾ ਉਹਨੇ ਫਰੋਲਿਆ ਹੋਣਾ, ਅਤੇ ਲੱਭਿਆ ਕਿੰਨਾ 10,000 ਰੁਪਏ ਕੈਸ਼, ਅਤੇ 10,000 ਰੁਪਏ ਕੈਸ਼ ਲਈ ਚਲੀਏ। ਸੀਸੀਟੀਵੀ ਵੀ ਲੱਗੇ ਦੇ, ਸੀਸੀਟੀਵੀ ਫੁਟੇਜ ਵੀ ਕੱਢੇ ਕਰਦੇ, ਪਰ ਇਹ ਸੋਚਣ ਵਾਲੀ ਗੱਲ ਹੈ ਕਿ ਮਤਲਬ ਹੈਰਾਨਗੀ ਵਾਲੀ ਵੀ ਗੱਲ ਹੈ, ਸਾਨੂੰ ਵੀ ਹੈਰਾਨਗੀ ਹੋਏ ਕਰਦੀ ਕਿ ਕੁਸਲੇ ਪੁਲਿਸ ਜਿਹੜੀ ਹੈ ਨਾ ਕਮਰ ਕੱਸ ਗਈ, ਅਤੇ ਕੁਸਲੇ ਜਿਹੜੀ ਹੈ ਨਾ ਇਹ ਚੋਰੀਆਂ ਰੁਕ ਗਈ। ਇਹ ਤਾਂ ਮਜ਼ਾਕ ਹੀ ਹੋਈਦਾ ਨਾ ਚੋਰੀਆਂ ਦਾ, ਚਲੋ ਵੱਡੀ ਵੱਡੀ ਚੋਰੀਆਂ ਅਸੀਂ ਗਲਾਈ ਉੜਨੇ ਕਿ ਲੋਕਾਂ ਘਰ ਹੀ ਨਹੀਂ ਛੱਡਣਾ ਚਾਹੀਦਾ, ਪਰ ਦੁਕਾਨ ਤੇ ਲੋਕੇ ਬੰਦ ਕਰੀ ਜਾਣੀ ਨਾ ਰਾਤੀ, ਸੀਸੀਟੀਵੀ ਵੀ ਲੱਗੇ ਦੇ। ਇਹ ਤਾਂ ਚਲੋ ਕੈਮਰਾ ਪਤਾ ਨਹੀਂ ਕੱਲੀ ਨਹੀਂ ਪੁੱਟੀ ਲਈ ਗਏ, ਤੇ ਹੁਣ ਲੱਭੀ ਆਣਾ ਤੇ ਚੋਰ ਕੌਣ ਐ ਹਾ ਤੇ ਕੌਣ ਨਹੀਂ ਹਾ, ਜੇ ਉਹਨੇ ਪੂਰਾ ਆਪਣੇ ਆਪ ਕੀ ਕਵਰ ਕੀਤਾ ਹੋਵੇ ਤਾਂ ਤੇ ਉਹ ਵੀ ਨਹੀਂ ਲੱਭਣਾ, ਪਰ ਤਾਂ ਵੀ ਸੋਚਣ ਵਾਲੀ ਗੱਲ ਹੈ। ਪਰਤੀ ਉਹ ਪੁਰਾਣਾ ਟਾਈਮ ਆਈ ਆ ਚੋਰੀਆਂ ਦਾ, ਜਿਵੇਂ ਪਿਛਲੀ ਵਾਰੀ ਮੈਂ ਦੱਸਿਆ ਹੋਇਆ ਤੁਸੀਂ ਕਿ ਚੋਰੀਆਂ ਹੋਣਾ ਸ਼ੁਰੂ ਹੋਈ ਦੀਆਂ, ਕੋਈ ਡਰ ਨਹੀਂ, ਕੋਈ ਪੁਲਿਸ ਦਾ ਖੌਫ ਨਹੀਂ, ਕੋਈ ਕਿਸੇ ਦਾ ਖੌਫ ਨਹੀਂ ਹੈ, ਤੇ ਹੁਣ ਇੱਕ ਵਾਰ ਪਰਤੀ ਹੈ ਆ ਸਾਡੀ ਟੀਮ, ਤੁਸੀਂ ਇਹ ਲੱਗੀ ਜਿਵੇਂ ਹਰ ਵਾਰ ਗਲਾਉਂਦੇ ਕਿ ਆਪਣੀ ਨਾ ਆਪੂ ਤੁਹਾਨੂੰ ਸਿਕਿਉਰਿਟੀ ਜਿਹੜੀ ਹੈ ਨਾ ਕਰਨੇ ਪਾਉਣੀ ਹੈ, ਜਾਂ ਸਿਕਿਉਰਿਟੀ ਗਾਰਡ ਲਾਓ, ਪੈਸੇ ਖਰਚੋ ਉੱਥੇ। ਜੇ ਇਹ ਚੋਰੀਆਂ ਹੁੰਦੇ ਰੋਕੀਆਂ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਤਾਂ ਪੁਲਿਸ ਉੱਪਰੋਂ ਵੀ ਉੱਠਣਾ ਹੀ ਹੈ, ਲੋਕੇ ਵੀ ਆਖਣਾ, ਕੁਛ ਲੋਕ ਆਖਣਾ ਕਿ ਬਈ ਨਿੱਕੀ ਚੋਰੀ, ਨਿੱਕੀ ਚੀਜ਼ ਚੋਰੀ ਨਹੀਂ ਹੈ, ਇੱਥੇ ਚੋਰੀ 1,000 ਰੁਪਏ ਹੋਇਆ ਤਾਂ ਬੜੀ ਵੱਡੀ ਗੱਲ ਹੁੰਦੀ ਹੈ, ਅਤੇ 10,000 ਰੁਪਏ ਚੋਰੀ ਹੋਇਆ। ਹੁਣ ਤੂੰ ਸੁਣੋ ਜਿਹੜੇ ਕਲੀਨਿਕ ਦੇ ਮਾਲਕ ਹੈ ਉਹਨੇ ਹੋਰ ਕੇਕ ਲਾਇਆ, ਅਤੇ ਕੰਨੇ ਉਹ ਇਹ ਗੱਲ ਲੱਗਾ ਮੈਂ ਤੁਸੀਂ ਕਿ ਸਤਰਕ ਕਰੋ। ਕੰਮ ਪੜੇਗੀ, ਮੈਂ ਬਿਮਾਰ ਰਹਿ ਸਕੀ, ਕੰਮ ਦਵਾਈ ਕੋ ਤਾਂ ਜਿੰਨਾ ਕੰਮ ਲੈ ਸਕਦਾ ਉਹ ਕੰਮ ਲੈ, ਤੇ ਮੇਰੀ ਵੀ ਮੁਝੇ ਪੁੱਛੋ। मेरा नाम डॉक्टर शशि है, मैं माइंड केयर न्यूरोसाइकियाट्रिक क्लिनिक का इंचार्ज हूँ। तो कल रात यहाँ पे चोरी हुई थी, यहाँ से चोर की एंट्री हुई थी मेरे कैबिन के नीचे, तो ये छोटा सा होल किया है, यहाँ पे जो कैश था जो 10,000 के आसपास था वो चोरी हो गया है, और सारे फाइल्स और अलमारी, सारे वहाँ की अलमारी तोड़ी हुई है। बस अभी CCTV फुटेज चेक हो रहा है, अगर मिलेगा तो। पुलिस मौके पे पहुंची थी? पुलिस जब मैं 9 बजे आया, मैंने क्लिनिक खोला तो देखा कि ये सब हुआ है, तो पुलिस को मैंने इन्फॉर्म किया, इमीडिएटली वो आ गए, 10 मिनट में आ गए वो। तो किसी पे शक? मोस्टली मैं शक कर रहा हूँ कि कोई पेशेंट ही होगा जो मेडिसिन के लिए चोरी करने आया वो कर। कल मेडिसिन तो है थी नहीं, तो कैश था तो वो लेके गया होगा। अभी आप SSP साहब से क्या अपील करोगे? कि ऐसे लाइक कैश जो गुम हुआ है उसका रिकवरी हो जाए, और कोई फाइल्स वे सब गए तो उसके बारे में बात करें।